ਲਓ ਆਪਾਂ ਲਾਂਡਰਾਂ ਤੋਂ ਸਟਾਰਟ ਹੋ ਜਾਈਏ ਤਾਂ ਰੋਪੜ ਤੱਕ ਐਟਲੀਸਟ ਜੇ ਕੁਛ ਨਹੀਂ ਤਾਂ 25 ਕਾਲਜ ਹੋਣੇ ਆ ਅਤੇ ਉਹਨਾਂ ਦਾ ਫਾਇਦਾ ਕੀ ਆ? ਜੋਬ ਤਾਂ ਕਿਸੇ ਵੀ ਸਟੂਡੈਂਟ ਨੂੰ ਨਹੀਂ ਆ ਉੱਥੇ। ਮੈਂ 3 ਸਾਲ ਪਹਿਲਾਂ MBA ਕੰਪਲੀਟ ਕੀਤੀ ਆਪਣੀ ਅਤੇ ਉਦੋਂ ਬਾਅਦ ਮੈਂ ਬਹੁਤ ਜਗ੍ਹਾ ਇੰਟਰਵਿਊ ਦਿੱਤੀਆਂ, ਜਿੱਥੇ ਮੈਂ ਸੈਟਿਸਫਾਈ ਨਹੀਂ ਹੋਇਆ ਤਾਂ ਮੈਂ ਆਪਣੇ ਫਾਦਰ ਸਾਹਿਬ ਨਾਲ ਫਾਰਮਿੰਗ ਕਰਨ ਦੀ ਸੋਚੀ, ਚਲੋ ਮੈਂ ਖੇਤੀਬਾੜੀ 'ਚ ਪੈ ਗਿਆ। ਉੱਥੇ ਵੀ ਹੁਣ ਕੁਛ ਨਹੀਂ ਬਚਦਾ, ਸਮਝ ਨਹੀਂ ਆਉਂਦੀ ਕੀ ਕਰੀਏ, ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ ਕਿਸੇ ਵੀ ਕੰਮ ਦਾ। ਜਿਹੜਾ ਆਮ ਵਿਅਕਤੀ ਹੈ ਉਹ ਤਾਂ ਬੇਰੁਜ਼ਗਾਰ ਹੀ ਹੈ, ਜੋ ਅਸਲ ਸੱਚਾਈ ਹੈ। ਬਾਕੀ ਕਹਿਣ ਨੂੰ ਕੋਈ ਕੁਛ ਕਹੀ ਜਾਵੇ। ਮੈਂ BSc IT ਦਾ ਸਟੂਡੈਂਟ ਸੀਗਾ, BSc IT ਕੀਤੀ ਮੈਂ 2009 'ਚ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਜੋਬ ਲੱਭਣ ਦੀ ਟਰਾਈ ਕੀਤੀ BSc ਆਪਣੀ ਫੀਲਡ 'ਚ, ਮਗਰ ਮੈਨੂੰ ਜੋਬ ਨਹੀਂ ਮਿਲੀ ਆਪਣੀ ਫੀਲਡ 'ਚ। ਹੁਣ ਮੈਂ ਪਿਛਲੇ 1.5 ਸਾਲ ਤੋਂ ਜੋਬਲੈਸ ਹਾਂ, ਕੋਈ ਜੋਬ ਨਹੀਂ ਕਰ ਰਿਹਾ। ਘਰਦੇ ਵੀ ਕਹਿੰਦੇ ਆ ਕੋਈ ਜੋਬ ਕਰ, ਅਗਰ ਬਿਜ਼ਨਸ ਕਰਦਾ ਬਿਜ਼ਨਸ ਲਈ ਵੀ ਕੋਈ ਇਨਵੈਸਟਮੈਂਟ ਨਹੀਂ ਹੈ ਮੇਰੇ ਕੋਲ। TV 'ਤੇ ਹਰ 15 ਮਿੰਟ ਬਾਅਦ ਇੱਕ ਬ੍ਰੇਕ ਆਉਂਦੀ ਆ ਅਤੇ ਉਹਦੇ 'ਚ ਐਕਟਰ ਕਹਿੰਦੇ ਆ ਖੇਤੀਬਾੜੀ 'ਚ ਐਵੇਂ ਕਰਤਾ ਸਰਕਾਰ ਨੇ, ਉਹਦੇ 'ਚ ਐਵੇਂ ਕਰਤਾ, ਜੋਬਸ ਦੇ ਤੀਆਂ ਪੰਜਾਬ ਨੂੰ। ਕਿਹੜੇ ਪੰਜਾਬ ਨੂੰ ਜੋਬਸ ਦੇ ਤੀਆਂ? ਮੇਰੇ ਗਰੁੱਪ 'ਚ ਅਸੀਂ 50 ਜਣੇ ਸੀਗੇ ਅਤੇ ਮੈਂ ਉਹਨਾਂ 50 ਨਾਲ ਮਿਲਾ ਸਕਦਾ ਜਿਹੜੇ ਸਾਰੇ ਬੇਰੁਜ਼ਗਾਰ ਨੇ, ਜਾਂ ਕੋਈ ਆਪਣੇ ਪੇਰੈਂਟਸ ਦੇ ਬਿਜ਼ਨਸ 'ਚ ਪੈ ਗਿਆ, ਜਾਂ ਕੋਈ ਖੇਤੀ 'ਚ ਪੈ ਗਿਆ, ਜਾਂ ਘਰ ਫ੍ਰੀ ਬੈਠਾ। ਅਤੇ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਨੂੰ ਕਿ ਕਿੱਥੇ ਨੇ ਜੋਬਸ? ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਅਸੀਂ ਨੌਕਰੀ ਦੇਵਾਂਗੇ।